ਹਾਂਜੀ ਗਾਇਸ ਦੁਪਹਿਰ ਦਾ ਆਪਣਾ ਵੇਲਾ ਹੋ ਗਿਆ ਵਾ ਤੇ ਮੱਝਾਂ ਗਾਈਆਂ ਘਰ ਨੂੰ ਆ ਰਹੀਆਂ ਉਹ ਕਿੱਧਰ ਨੂੰ ਮੁੜ ਗਈ ਲੈ ਹੈ ਤੇ ਇੱਡੇ ਸਿਆਣੇ ਲੈ ਪਤਾ ਘਰ ਇਹ ਆ ਹੁਣ ਮਹੀਨਾ ਹੋ ਗਿਆ ਇਹਨਾਂ ਨੂੰ ਬਾਹਰ ਬਾਹਰ ਜਾਂਦਿਆਂ ਨੂੰ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿੱਧਰ ਨੂੰ ਜਾਣਾ ਰਮਣ ਇੱਧਰ ਤੂੰ ਇੱਧਰ ਹੋ ਜਾਓ ਲਾਵ ਇਧਰੋਂ ਟਰਾਲਾ ਆਉਂਦਾ ਹੀ ਸਾਈਡ ਤੇ ਹੋ ਜਾ ਰੋਕ ਲੈ ਟਰਾਲੇ ਨੂੰ ਉਹ ਵੇਖ ਉਧਰ ਗਾਂ ਦਾ ਹਾਲ ਉਹਨੂੰ ਫੜ ਕੇ ਲਿਆ ਉਹਨੂੰ ਰਾਹ ਭੁੱਲ ਗਿਆ ਰੱਜੀ ਇਦਾਂ ਦੀਆਂ ਨੇ ਤਾਂ ਕਦੀ ਵੇਖਿਆ ਨਹੀਂ ਬਾਹਰ ਨਿਕਲ ਕੇ ਔਰ ਰੱਜੀ ਉਹਨੂੰ ਫੜ ਕੇ ਲਿਆ ਜਲਦੀ ਮੋਟਰਸਾਈਕਲ ਵੀ ਲੰਘ ਦੇਣਾ ਚੱਲ ਚੱਲ ਇੱਧਰ ਰਮਣ ਉੱਪਰ ਉੱਪਰ ਚਲੋ ਖੜੇ ਹੋ ਗਏ ਆ ਚਲੋ ਚਲੋ ਸਿਆਣੇ ਆ ਹਨਾ ਗਰਮੀ ਵਿੱਚ ਵੀ ਕਹਿੰਦੇ ਹੁਣੇ ਜੱਬ ਨੂੰ ਫੜਾਇਆ ਹੁਣੇ ਲੈ ਆਏ ਤੁਸੀਂ ਅੱਜ ਚਲੋ ਚਲੋ ਘਰੇ ਨਿਕਲੋ ਸ਼ਾਮ ਨੂੰ ਲੈ ਆਉਣੇ ਸੀਗੇ ਹਨਾ ਦੁਪਹਿਰੇ ਚ ਲੈ ਆਏ ਅੱਜ ਆਪਾਂ ਵਿਚਾਰੀ ਬੰਦਲੀ ਪਈ ਐਨ ਪਾਣੀ ਪੂਣੀ ਪਿਆਓ ਹੁਣ ਆਈਏ ਆਈਏ ਚਲੋ ਬਈ ਲਾਪਰੀ ਨੇ ਇਹਨਾਂ ਵਾਸਤੇ ਥਾਂ ਵੇਖੋ ਕਿੰਨਾ ਇਹਨੂੰ ਸਵਾਰਿਆ ਬਣਾਇਆ ਵਾ ਤੇ ਕਿੰਨਾ ਸਾਫ ਸੁਥਰਾ ਥਾਂ ਬਣ ਗਿਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਆਉਂਦਾ ਇਹ ਤਾਂ ਸੌਖਾ ਇੱਕ ਥਾਂ ਤੋਂ ਉਹ ਦੇਖੋ ਇਹਦੀ ਇੱਕ ਲੱਤ ਕਿੱਧਰ ਗਈ ਉੱਪਰ ਚੜਾਈ ਹੋਈ ਆ ਕੋਈ ਹਾਲ ਨੀ ਸੱਚੀ ਚਲੋ ਖਾਓ ਖਾਓ ਤੁਸੀਂ ਆਪਦਾ ਖਾਣਾ ਪੀਣਾ ਦੇਖੋ ਪੱਖੇ ਆਪਾਂ ਆਨ ਕਰ ਦਿੱਤੇ ਹੋਏ ਆ ਤੇ ਹੁਣ ਲੈਣਗੀਆਂ ਨਜ਼ਾਰੇ ਜਿਹੜੀ ਗੱਲ ਕਰਨੀ ਹੋਏ ਨੇ ਇਸ ਗੱਲ ਕਿਉਂ ਨਹੀਂ ਹੋ ਪਹਿਲਾਂ ਵਾਟ ਇਜ਼ ਦਿਸ ਦਿਸ ਇਜ਼ ਮੰਮੀ ਗੱਲ ਕਿਉਂ ਨਹੀਂ ਡੈਡੀ ਮੈਂ ਦੱਸਾਂ ਇਹ ਮੇਰੀ ਮੰਮੀ ਹੈ ਦਿਸ ਇਜ਼ ਮਾਈ ਨਾ ਇੰਗਲਿਸ਼ ਵਾਟ ਇਜ਼ ਇੰਗਲਿਸ਼ ਵਾਟ ਮਮ ਦਿਸ ਇਜ਼ ਮਾਈ ਮੰਮੀ ਹਾਂ ਮੰਮੀ ਮੈਂ ਦਿਸ ਇਜ਼ ਮਾਈ ਮਦਰ ਮਾਈ ਮਦਰ ਹਾਂ ਮੈਨੂੰ ਉਹਦੀ ਅਸ਼ੁਕਰ ਨਾ 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 ਇਹ ਦਿਸ ਵਨ ਇੰਗਲਿਸ਼ ਲਾਈਨ ਇਜ਼ ਆਲਸੋ ਇੰਗਲਿਸ਼ ਕਿਦਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੱਲ ਨਾਲੋਂ ਥੋੜੀ ਜਿਹੀ ਠੀਕ ਹਾਂ ਤੇ ਕੱਲ ਮੈਂ ਜ਼ਿਆਦਾ ਬਿਮਾਰ ਹੋ ਗਈ ਸੀਗੀ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਤਾਂ ਕਰਕੇ ਥੋੜਾ ਰੈਸਟ ਮੈਨੂੰ ਵੀ ਮਿਲੇ ਤਾਂ ਕਰਕੇ ਮੈਂ ਅੱਜ ਫੈਮਲੀ ਦੇ ਨਾਲ ਹੀ ਵੀਡੀਓ ਬਣਾਉਣ ਲੱਗੀ ਹਾਂ ਤੇ ਕਰਦੇ ਹਾਂ ਫਿਰ ਸ਼ੁਰੂ ਇੰਗਲਿਸ਼ ਨਾਲ ਵਾਹ ਪਾਉਣ ਲੱਗੇ ਸਾਰੀ ਫੈਮਲੀ ਦਾ ਕਿੰਨਾ ਕੁ ਕਰ ਸਕਦੇ ਨੇ ਉਹ ਪੰਜਾਬੀ ਤੋਂ ਇੰਗਲਿਸ਼ ਵਿੱਚ ਮੰਮੀ ਉਹਨਾਂ ਨੂੰ ਵੀ ਡੈਡੀ ਨੂੰ ਵੀ ਜਿਸ ਕਾਰਨ ਨੂੰ ਸਾਰਿਆਂ ਨੂੰ ਹਾਂ ਬੜਾ ਹੀ ਕੰਮ ਔਖਾ ਹੈ ਆ ਫੜੋ ਇਹਨੂੰ ਰਮਨ ਨਹੀਂ ਅਬ ਜੇ ਇਹਨੂੰ ਇੰਗਲਿਸ਼ ਬੋਲਣਾ ਹੈ ਬੜਾ ਹੀ ਯਾ ਯਾ ਇਟ ਇਜ਼ ਅ ਡਿਫਿਕਲਟ ਆ
puchna. I will put, one question. Where are you from? I am from Rochford. I am from Rochford. Oh. भूल गया यार, क्या कर रहा है तू? ओ काफी टाइम थी वीडियो शुरू हुई हुई तो अच्छा मैं चुप रमन तेरा मुंह ही नहीं बंद होता ठीक की हो गई हां दवाई को लिया के दिसी ना लिया के दंदा बोल दंदा ठीक है ओदी आदी है नहीं पर अपन शी इज बोलिंग 10 मोर टाइम्स की बोली जो नहीं तू समझ नहीं आई इन तेरी शी इज स्पीकिंग ये आपको शी इज स्पीकिंग टू मच टाइम बहुत इथो ना गुरुद्वारे तो बहुत टेस्टी प्रसाद मिलता वा ऐदा कुछ दस्याबी ते ओ ना मतलब ओनू पता नहीं अंग्रेजों नू मतलब चपला ना वह माड़ी अगे लै गई उदे तुरी गई ते ओदी जिहड़ी सस सी ना ओनू मतलब इंग्लिश आउंदी नहीं सी ते ओ मतलब इदां तुरी गई ते ओ कहिंदी चपला इधर उतार दो ओनू लगा कि समझ आऊ कि उदे तुरी गई फिर तुरी गई ते ओदे फिर घर वाले ने ओनू दस्सिया जी चपला ला के आई तां गुरुद्वारे फिर जाणा हुंदा रोशनी पैण डई उपर तूं बस इधर ही सही कहना 1 मिनट 1 मिनट हां इधर सही सियास्ताने मार ली जवानी कल दी अगो अंग्रेजी ना बोल मैं गोहे वाली पाथी मार चलो जी इन्हां दा इदां रौनक मेला चलदा रहना इदां ही आपदा पुछ ना पुछ बोलदे रहे यार की करदियां पईआं मैनूं गुस्सा चढ़दा पिआ इन्हां ते सच्ची इन्हां कुट के गाइस इन्हां कुट के सारे उठड़ तुरे जांदे अंग्रेजी एड्डी भैड़ी चीज आ दिस लेडी इज अ इरिटेटिंग लेडी दिस यू आर स्टूपिड मैन देखिए आप बेस्ती फटे चक दे कोई अपने सामने नहीं टिकता अच्छा कर दो जी आप अज पहुंच गए स्वर्गा विच ते स्वर्ग बहुत ही वधिया है ना आई नो व्हाट टू से इंग्लिश एंड Myself number 10 to 10 because I know a lot English. Guys, ਇਹਨੇ ਨਾ 10 ਵਾਰੀ ਹਾਈਲਾਈਟ ਕਰ ਲਈ ਮਾੜੀ ਮੋੜ ਤਾਂ ਹੀ ਜਾਂਦੀ ਬੰਦੇ ਨੂੰ ਇੱਕ ਦੋ ਲੈਣਾ ਨਹੀਂ ਕੀਤੀ ਕਿੱਥੇ ਪੱਲੇ ਆਪਾਂ ਵੇਖ ਲਾ ਰਹੇ ਮਨ ਆਪਾਂ ਕਦੀ ਕੀਤੀ ਆਪਾਂ ਨੂੰ ਤਾਂ ਲੋੜ ਹੀ ਨਹੀਂ ਪਈ ਆਪਾਂ ਸਕੂਲਾਂ ਚੋਂ ਸ਼ਿੱਤਰ ਖਾ ਕੇ ਤੁਸੀਂ ਅੰਗਰੇਜ਼ੀ ਸਾਡੀ ਦੇਖ ਹੀ ਲਈ ਕਿੱਡੀ ਸਰ ਅੰਗਰੇਜ਼ੀ ਮੈਂ ਇਹਨਾਂ ਨੂੰ ਆਨਸਰ ਨਹੀਂ ਦੇ ਸਕਦੀ ਬਸ ਇਹਨੂੰ ਇੰਨਾ ਪਤਾ ਕਾਉ ਦਾ ਡੰਗ
सुन मावां ओ पुत्रां नूं तरस दियां मावां चौल बना लिया यही चीज इंग्लिश बोल फिर हमने लिया हां ओके ओके पंगा क्या आई एम ट्राई और क्या रहने देना क्यों रहने देने आपमा तो तू तीर तुक्के ला के बोल ही दे रही माय सिस्टर ओके माय स्वीट सिस्टर हां जी गो योर सोई गो टू किचन एंड वन कप राइस गिव मी ना ना टीवी टी विद राइस थोड़ा चेर ही आ मैं भी जा रहा अपनी अकैडमी च पता तुम हूं चलने बोरे बिस्तरियां बहुत ही मंद पगी खबर आ हजे ट्रेना नहीं चलिया जो ट्रेना चलिया उदो जावे अपना आप नहीं जी करना क्योंकि घरे दिल वधिया लगा आया वा पता नहीं कदों हुण ट्रेना चलन गिया फिर कदों जावे आप गुत पिछे मत उधर आओ मेरे को गुस्सा ही कर गया नुकसान भी कर दी है क्यों बिलकुल कुछ औरत होंदिया चंगिया जिवे हर इंसान कुछ वखरा है कुछ चंगा है कोई बुरा वा चल सही है बाकी क्योंकि एक नारी तो राजे महाराजा ने जन्म लिया है सो आप उन्होंने क्यों मंदा बोलीए तो आप वैसे भी नहीं बोलते रिस्पैक्ट करनी चाहिए एक वूमैन की रिस्पैक्ट वूमैन हाँ तेरी तो नहीं मैं कर लूँ तेरे तो मैं गुस्सा ही चढ़ता हूँ ज़्यादातर